ਦੇਸ਼ ਦਾ ਲੱਖਾਂ ਕਰੋੜਾਂ ਰੁਪਇਆ ਅਡਾਨੀਆਂ ਤੇ ਅੰਬਾਨੀਆਂ ਤੇ ਲੁਟਾਇਆ ਜਾ ਰਿਹਾ ਹੈ। ਕਿਸਾਨੀ ਕਰਜ਼ਾ ਕੇਵਲ 1 ਲੱਖ ਕਰੋੜ ਹੈ, ਜਿਸ ਨੂੰ ਮੁਆਫ ਕਰਨ ਦੇ ਵਿਚ ਮੋਦੀ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਰੋਧੀ ਤੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਸਰਹਿੰਦ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹੋਇਆ ਕੀਤਾ। ਇਸ ਮੌਕੇ ਦੇ ਉੱਤੇ ਖਹਿਰਾ ਕਿਸਾਨ ਜਥੇਬੰਦੀਆਂ ਦੇ ਵੱਲੋਂ ਕੀਤੀ ਜਾ ਰਹੀ ਹੜਤਾਲ ਦਾ ਸਮਰਥਨ ਕਰਨ ਦੇ ਲਈ ਆਏ ਸਨ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਕਿਸਾਨ ਜਥੇਬੰਦੀਆਂ ਦੇ ਇਸ ਸੰਘਰਸ਼ ਦਾ ਸਮਰਥਨ ਕਰਦੀ ਹੈ, ਕਿਉਂਕਿ ਪਿਛਲੇ 60 ਸਾਲਾਂ ਤੋਂ ਕਿਸਾਨਾਂ ਤੇ ਕਿਰਤੀਆਂ ਨੇ ਸਰਕਾਰ ਦੀ ਗੱਲ ਹੀ ਮੰਨੀ ਹੈ, ਜਦੋਂ ਕਿ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ ਹੈ ਤੇ ਨਾ ਹੀ ਉਨ੍ਹਾਂ ਅਜਿਹਾ ਕਦਮ ਚੁੱਕਿਆ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਸ ਅੰਦੋਲਨ ਦਾ ਸਾਥ ਦੇਣਾ ਚਾਹੀਦਾ। ਪਾਰਟੀਆਂ ਸਾਰੀਆਂ ਦੇ ਕੇ ਜਾਂਦੀਆਂ ਨੇ ਸਾਹਮਣੇ, ਪਰ ਜੇਕਰ ਇਹਨਾਂ ਪਰ ਅਮਲ ਕੀਤਾ ਕਰਨ, ਇਹ ਹੁਣ ਆਪੋਜੀਸ਼ਨ ਲੀਡਰ ਸੀ, ਉਹਨਾਂ ਨੂੰ ਕਿਹਾ ਵੀ ਸਾਡਾ ਜਾ ਕੇ ਵਿਧਾਨ ਸਭਾ 'ਚ ਤੁਸੀਂ ਆਵਾਜ਼ ਉਠਾਓ ਅਤੇ ਸੈਂਟਰ ਜਦੋਂ ਕੀਤੋ ਕਰੋ ਜਾ ਕੇ, ਪਰ ਸਾਡਾ ਕੋਈ ਸੁਣਾਈ ਨਹੀਂ ਹੁੰਦੀ ਹੈ। ਅਸੀਂ ਹਰੇਕ ਪਾਰਟੀ ਆਉਂਦੀ ਹੈ, ਆਪਣਾ ਉਹ ਰੋਟੀਆਂ ਸੇਕ ਜਾਂਦੀ ਹੈ, ਰੋਟੀਆਂ ਸੇਕ ਜਾਂਦੀ ਹੈ, ਦੇਖ ਇਸ ਮਤਲਬ ਬਾਅਦ 'ਚ ਪਤਾ ਲੱਗੂ ਵੀ ਕੀ ਕਰ ਰਹੇ ਹੋ, ਤੁਹਾਨੂੰ ਪਤਾ ਰਿਜ਼ਲਟ ਕੀ ਨਿਕਲੂਗਾ। ਹੁਣ ਹੜਤਾਲ ਦਾ ਕੀ ਸਾਡੇ ਅਸੀਂ 6 ਜੂਨ ਨੂੰ ਹੜਤਾਲ ਜਾਣੀ ਇਸ ਕਰਕੇ ਮਤਲਬ ਕਹੀ ਹੈ, ਤਾਂ ਕਿ ਜੋ ਦੁੱਧ ਹੈ ਜਾਂ ਸਬਜ਼ੀ ਹੈ ਉਹ ਵੀ ਸਾਡੀ ਹੈ, ਸਾਡੇ ਭਰਾਵਾਂ ਦੀ ਹੈ, ਉਹ ਕੁਇੰਟਲ ਦੇ ਹਿਸਾਬ ਨਾਲ ਖਰਾਬ ਹੋ ਰਹੀ ਹੈ। ਰੋਸ ਕਰਨਾ ਸੀ ਕਿ ਅਸੀਂ ਪ੍ਰਦਰਸ਼ਨ ਕਰਨਾ ਸੀ ਸਰਕਾਰ ਦੇ ਖਿਲਾਫ਼, ਸਰਕਾਰ ਨੂੰ ਦੱਸਤਾ ਵੀ ਅਸੀਂ ਪ੍ਰਦਰਸ਼ਨ ਕਰਿਆ ਵੀ ਕਿੰਨੇ ਕੁ ਤਕਲੀਫ਼ 'ਚ ਨੇ ਜ਼ਿਮੀਦਾਰ, ਮਰਚ ਆਤਮ ਹੱਤਿਆ ਹੁੰਦੀਆਂ ਨੇ, ਜੇਕਰ ਨਾ ਕੀਤੀਆਂ ਆਤਮ ਹੱਤਿਆ ਵਧਣ ਗਈਆਂ ਹੋਰ। ਤੁਹਾਡਾ ਅਗਲਾ ਸਟੈਪ ਕੀ ਹੋਏਗਾ? ਅਗਲਾ ਸਟੈਪ ਸਾਡਾ ਇਹ ਹੈ, ਜੇਕਰ ਸਰਕਾਰ ਨੇ ਨਾ ਕੁਛ ਕੀਤਾ, ਇੱਕ ਤਾਂ ਡੀਜ਼ਲ ਅਤੇ ਪੈਟਰੋਲ ਮਹਿੰਗਾ ਹੋ ਰਿਹਾ, ਇਹਦੇ ਬਾਰੇ ਅਸੀਂ ਪ੍ਰਸ਼ਾਸਨ ਟਰੈਕਟਰ ਖੜਾ ਕੇ ਪ੍ਰਸ਼ਾਸਨ ਚਾਬੀਆਂ ਸੰਭਾਵਾਂਗੇ, ਅਤੇ ਸਾਡੇ ਜ਼ਿਮੀਦਾਰ ਸਾਰੇ ਹੱਥ ਖੜੇ ਨੇ, ਕਿਉਂਕਿ ਹਰੇਕ ਚੀਜ਼ ਜੋ ਗੰਨਾ ਬੀਜਦੀ ਹੈ ਉਹ ਵੀ ਸਾਡੇ ਪੈਸੇ ਮਿਲਦੇ, ਸਰਕਾਰੀ ਏਜੰਸੀਆਂ ਨੂੰ ਮਿਲਾ ਦਿੰਦੀਆਂ, ਮੱਕੀ ਬੀਜ ਉਹਦਾ ਰੇਟ ਸਾਡੇ ਮੰਡੀਕਰਨ ਨਹੀਂ ਹੈ, ਸਬਜ਼ੀਆਂ ਬੀਜ ਉਹਦਾ ਮੰਡੀਕਰਨ ਨਹੀਂ ਹੈ, ਕਿ ਕਿਹੜੀ ਚੀਜ਼ ਬੀਜਦੀ ਹੈ ਉਹਦਾ ਕੋਈ ਸਾਨੂੰ ਮੁੱਲ ਨਹੀਂ ਮਿਲਦਾ, ਤਾਂ ਕਰਕੇ ਸਰਕਾਰ ਜ਼ਿਮੀਦਾਰ ਆਤਮ ਹੱਤਿਆ ਕਰ ਰਹੇ। ਹੁਣ ਤੁਹਾਨੂੰ ਕੀ ਲੱਗਦਾ ਵੀ ਕਿਸਾਨਾਂ ਦੀ ਜਿਹੜੀ ਸਮੱਸਿਆਵਾਂ ਨੇ ਕਿੱਦਾਂ ਨੇ ਸਵਾਮੀਨਾਥਨ? ਦੇਖੋ ਅੱਜ ਅਸੀਂ ਪਹਿਲੀ ਗੱਲ ਤਾਂ ਹੈ ਕਿ ਆਮ ਆਦਮੀ ਪਾਰਟੀ ਬਤੌਰ ਵਿਰੋਧੀ ਧਿਰ ਅੱਜ ਜਿੰਨਾ ਦੇਸ਼ ਵਿਆਪਕ ਸਾਰੀਆਂ ਜਥੇਬੰਦੀਆਂ ਨੇ ਜੋ ਅੰਦੋਲਨ ਚਲਾਇਆ ਜਾਂ ਉਹ ਛੁੱਟੀ ਲੈਣ ਵਾਲੀ ਗੱਲ ਕਹੀ ਆ, ਅਸੀਂ ਇਹਨਾਂ ਦਾ ਸਮਰਥਨ ਕਰਨ ਆਏ ਹਾਂ। ਸਾਰੇ ਸਤਿਕਾਰਯੋਗ ਕਿਸਾਨ ਭਰਾ ਬੈਠੇ ਨੇ, ਔਰ ਮੈਂ ਸਮਝਦਾ ਕਿ 70 ਸਾਲ 'ਚ ਇਹਨਾਂ ਦੇ ਨਾਲ ਜਿੰਨਾ ਭਾਰੀ ਵਿਤਕਰਾ, ਜਿੰਨੀ ਕਿਸਾਨਾਂ ਦੀ ਅਤੇ ਖੇਤ ਮਜ਼ਦੂਰਾਂ ਦੀ ਐਕਸਪਲੋਇਟੇਸ਼ਨ ਹੋਈ ਇਸ ਦੇਸ਼ ਵਿੱਚ, ਇਹਨਾਂ ਨੇ ਸਹਿਣਸ਼ੀਲਤਾ ਰੱਖੀ ਆ, ਹਾਰ ਕੇ ਹੁਣ ਜਦੋਂ ਇਹਨਾਂ ਦੇ ਕੋਲ ਕੋਈ ਹੋਰ ਰਾਹ ਬਚਿਆ ਨੀਗਾ, ਅੱਜ ਪੰਜਾਬ ਵਰਗਾ ਵਿਕਸਿਤ ਜਿਹੜਾ ਸੂਬਾ ਸੀਗਾ, ਜਿਹੜਾ ਖੇਤੀ ਪ੍ਰਧਾਨ ਸੂਬਾ ਸੀਗਾ, ਉਹਦੇ 'ਚ ਕਿਸਾਨ ਰੋਜ਼ ਆਤਮ ਹੱਤਿਆ ਦੀਆਂ ਖੇਤ ਮਜ਼ਦੂਰਾਂ ਦੀ ਖ਼ਬਰਾਂ ਆ ਰਹੀਆਂ। ਮੇਰੇ ਆਪਣੇ ਆਫਿਸ ਮੁਤਾਬਕ 442 ਕੇ 43 ਕਿਸਾਨਾਂ ਨੇ ਕੱਲ ਸ਼ਾਮ ਤੱਕ ਅਮਰਿੰਦਰ ਸਿੰਘ ਦੇ ਰਾਜ ਵਿੱਚ ਆਤਮ ਹੱਤਿਆ ਕੀਤੀ ਹੈ, ਔਰ 5-5 ਕਿਸਾਨ 6-6 ਆਤਮ ਹੱਤਿਆਵਾਂ 1-1 ਦਿਨ ਵਿੱਚ ਹੋਣ ਲੱਗ ਗਈਆਂ। ਇਸ ਲਈ ਨਾ ਹੁਣ ਇਹਨਾਂ ਦੇ ਕੋਲ ਕੀ ਹੋਰ ਰਾਹ ਵਾ, ਔਰ ਮੈਂ ਸਮਝਦਾ ਇਹਨਾਂ ਨੇ ਫਿਰ ਵੀ ਇਹ ਬੜਾ ਪੀਸਫੁਲ ਇਹ ਸਾਰਾ ਐਜੀਟੇਸ਼ਨ ਰੱਖੀ ਆ, ਔਰ ਸਮਾਨ ਵੀ ਇਹਨਾਂ ਦਾ ਖਰਾਬ ਹੋ ਰਿਹਾ, ਦੁੱਧ ਵੀ ਕਿਸਾਨਾਂ ਦਾ ਖਰਾਬ ਹੋ ਰਿਹਾ, ਫਲ ਫਰੂਟ ਸਬਜ਼ੀਆਂ ਇਹਨਾਂ ਦੀਆਂ ਹੋ ਰਹੀਆਂ। ਮੈਨੂੰ ਪਤਾ ਵਾ ਕਿ ਥੋੜੀ ਜਿਹੀ ਤਕਲੀਫ ਆਮ ਜਨਤਾ ਨੂੰ ਹੋਵੇਗੀ, ਪਰ ਪਲੀਜ਼ ਬੇਅਰ ਵਿਦ ਦੈਮ। ਇਹ ਉਹ ਲੋਕ ਨੇ ਜਿਨ੍ਹਾਂ ਨੇ ਇਸ ਦੇਸ਼ ਦਾ ਜਿਹਨੂੰ ਕਹਿੰਦੇ ਕਿ ਅਨਾਜ ਦਾ ਭੰਡਾਰ ਤੇ ਇਸ ਦੇਸ਼ ਦਾ ਢਿੱਡ ਭਰਿਆ ਵਾ, ਹੁਣ ਸਮਾਂ ਇਹ ਆ ਗਿਆ ਕਿ ਇਹਨਾਂ ਦੇ ਢਿੱਡ ਖਾਲੀ ਨੇ, ਇਹ ਅੱਜ ਭੁੱਖੇ ਸੌਂਦੇ ਨੇ,
ਔਰ 1,00,000 ਕਰੋੜ ਰੁਪਏ ਦਾ ਪੰਜਾਬ ਦੇ ਕਿਸਾਨ ਦੇ ਸਿਰ ਤੇ ਕਰਜ਼ਾ ਵਾ। ਇਸ ਲਈ ਇਹਨਾਂ ਦੀ ਹਮਾਇਤ ਬਣਦੀ ਆ, ਕਿਉਂਕਿ ਅੱਜ ਇਸ ਦੇਸ਼ ਨੂੰ ਤੇ ਇਸ ਪੰਜਾਬ ਨੂੰ ਖੜਾ ਕਰਨ ਵਿਚ ਕਿਸਾਨਾਂ ਦਾ ਤੇ ਖੇਤ ਮਜ਼ਦੂਰਾਂ ਤੇ ਗਰੀਬ ਕਿਰਤ ਕਰਨ ਵਾਲੇ ਲੋਕਾਂ ਦਾ ਹੈ। ਇਸ ਲਈ ਇਹਨਾਂ ਨੂੰ ਇਹਦਾ ਹੱਕ ਮਿਲਣਾ ਚਾਹੀਦਾ। ਹੱਲ ਇਹਦਾ ਇੱਥੇ ਇਹੀ ਆ ਕਿ ਸਵਾਮੀਨਾਥਨ ਕਮੇਟੀ ਦੀ ਰਿਕਮੈਂਡੇਸ਼ਨ ਉਹ ਲਾਗੂ ਹੋਣੀਆਂ ਚਾਹੀਦੀਆਂ ਸਿੰਪਲੀ। ਔਰ ਮੈਨੂੰ ਦੁੱਖ ਇਹ ਆ ਕਿ ਹੁਣ ਕੈਪਟਨ ਸਾਹਿਬ ਕਹਿੰਦੇ ਕਿ ਮੋਦੀ ਸਾਹਿਬ ਗੁਨਾਹਗਾਰ ਆ, ਜਦਕਿ ਸਵਾਮੀਨਾਥਨ ਕਮੇਟੀ ਦੀ ਰਿਕਮੈਂਡੇਸ਼ਨ ਬਣਾਉਣ ਵਾਲੀ ਵੀ ਕਾਂਗਰਸ ਗਵਰਨਮੈਂਟ ਸੀ ਤੇ ਕਾਂਗਰਸ ਗਵਰਨਮੈਂਟ ਦੇ ਹੁੰਦਿਆਂ ਰਿਕਮੈਂਡੇਸ਼ਨ ਆ ਗਈਆਂ। ਔਰ ਉਹਨਾਂ ਚੋਂ ਬਾਕੀ ਰਿਕਮੈਂਡੇਸ਼ਨ ਬਾਅਦ ਦੀ ਗੱਲ ਆ, ਲੇਕਿਨ ਜਿਹੜੀ ਇੱਕ ਵਿਸ਼ੇਸ਼ ਗੱਲ ਆ ਕਿ ਕਿਸਾਨਾਂ ਦੀ ਲਾਗਤ ਜਿਹੜੀ ਆ ਕੁੱਲ ਮਿਲਾ ਕੇ ਉਹਦਾ ਓਵਰ ਐਂਡ ਅਬਵ 50% MSP ਜਦੋਂ ਫਿਕਸ ਹੋਵੇ ਔਰ ਉਹਦੇ ਚ ਉਹਦੀ ਪ੍ਰੋਫਿਟੇਬਲ ਉਸ ਕਿੱਤੇ ਨੂੰ ਬਣਾਇਆ ਜਾਵੇ। ਹੋਰ ਵੀ ਡਿਮਾਂਡਸ ਨੇ। ਔਰ ਨਾਲ ਮੈਨੂੰ ਦੁਖਦਾਈ ਅੱਜ ਹੁਣੇ ਇਹਨਾਂ ਨੇ ਮੈਨੂੰ ਦਿੱਤਾ ਕਿ ਪੰਜਾਬ ਵਿਚ ਦੁੱਧ ਦੀ ਬਹੁਤ ਦੁਰਦਿਸ਼ਾ ਵਾ। ਵੇਰਕਾ ਹੀ ਤੁਸੀਂ ਲਾ ਲਓ, ਉਹਦੇ ਲੁਧਿਆਣੇ ਵਿਚ ਰੇਟ ਹੋ ਰਿਹਾ, ਮੋਹਾਲੀ ਵਿਚ ਰੇਟ ਹੋ ਰਿਹਾ, ਪਟਿਆਲੇ ਵਿਚ ਰੇਟ ਹੋ ਰਿਹਾ। ਜਿਹੜੀ ਗਵਰਨਮੈਂਟ ਦੀ ਏਜੰਸੀ ਪੰਜਾਬ ਦੇ ਕਿਸਾਨਾਂ ਨਾਲ ਇੱਥੇ ਧੋਖਾ ਕਰੀ ਜਾਂਦੀ ਆ, ਪਟਿਆਲੇ ਵਿਚ ਸਭ ਤੋਂ ਘੱਟ ਰੇਟ ਆ, ਤਾਂ ਤੁਸੀਂ ਅੰਦਾਜ਼ਾ ਲਾ ਲਓ। ਔਰ ਵੈਸੇ ਵੀ ਦੁੱਧ ਮੈਂ ਸਮਝਦਾ ਕਿ ਇੱਕ ਦੂਸਰਾ ਜਿਹਨੂੰ ਕਹਿੰਦੇ ਨਾਲੇ ਕਹਿੰਦੇ ਡਾਇਵਰਸੀਫਿਕੇਸ਼ਨ ਕਰੋ, ਤੇ ਜੇ ਕਿਸਾਨ ਦੁੱਧ ਵਾਲੇ ਪਾਸੇ ਜਾਂਦਾ ਤੇ ਉਹਦੇ ਨਾਲ ਭਾਰੀ ਧੋਖਾ ਹੋ ਰਿਹਾ। ਅੱਜ ਪੰਜਾਬ ਵਿਚ ਬੋਟਲਡ ਪਾਣੀ ਜਿਹੜਾ ਹੈ ਅਮੀਰ ਆਦਮੀਆਂ ਦਾ, ਬਾਦਲਾਂ ਤੇ ਅਮਰਿੰਦਰ ਦਾ, ਉਹ ਮਹਿੰਗਾ ਵਾ ਤੇ ਦੁੱਧ ਕਿਸਾਨ ਦਾ ਅੱਜ ਸਸਤਾ ਵਾ। ਇਸ ਲਈ ਇਹ ਸਾਰੀਆਂ ਮਜਬੂਰੀਆਂ ਨੂੰ ਮੱਦੇਨਜ਼ਰ ਰੱਖਦੇ ਅਗਰ ਆਪਣੇ ਦੇਸ਼ ਨੂੰ ਵਾਕਈ ਤੁਸੀਂ ਅੱਗੇ ਲਿਜਾਣਾ ਚਾਹੁੰਦੇ, ਖੁਸ਼ਹਾਲ ਬਣਾਉਣਾ ਚਾਹੁੰਦੇ ਹੋ, ਸਵਾਮੀਨਾਥਨ ਕਮੇਟੀ ਦੀ ਰਿਪੋਰਟ ਦੀ ਰਿਕਮੈਂਡੇਸ਼ਨ ਸਾਰੀਆਂ ਪਾਰਟੀਆਂ ਨੇ ਮੈਨੀਫੈਸਟੋ ਵਿਚ ਰੱਖਿਆ, ਲੇਕਿਨ ਲਾਗੂ ਕਿਸੇ ਨੇ ਨਹੀਂ ਕੀਤਾ। ਅੱਜ ਜਿਹੜੀ ਮੋਦੀ ਸਾਹਿਬ ਦੀ ਸਰਕਾਰ ਹੈ ਉਹ ਕਾਰਪੋਰੇਟ ਘਰਾਣਿਆਂ ਨੂੰ, ਅਡਾਨੀਆਂ ਤੇ ਅੰਬਾਨੀਆਂ ਨੂੰ ਤਾਂ ਲੱਖਾਂ ਕਰੋੜਾਂ ਦੇ ਫਾਇਦੇ ਦੇ ਰਹੇ ਆ, ਬੈਡ ਡੈਟਸ ਕਹਿ ਕੇ ਰਾਈਟ ਆਫ ਕਰ ਰਹੇ ਨੇ ਲੋਨ ਉਹਨਾਂ ਦੇ। ਲੇਕਿਨ ਪੰਜਾਬ ਵਰਗੇ ਸੂਬੇ ਵਿਚ ਜਿੱਥੇ ਅੱਜ 1,00,000 ਕਰੋੜ ਅਗਰ ਮੈਂ ਕਰਜ਼ਾ ਕਹਿ ਰਿਹਾ ਤਾਂ ਉਹ ਲੱਖਾਂ ਘਰਾਂ ਦਾ ਵਾ, ਉਹ ਚੰਦ ਘਰਾਂ ਦਾ ਲੱਖਾਂ ਕਰੋੜਾਂ ਮਾਫ਼ ਹੋ ਰਿਹਾ ਤੇ ਇਧਰਲੇ ਪਾਸੇ ਲੱਖਾਂ ਘਰਾਂ ਦਾ 1,00,000 ਕਰੋੜ ਰੁਪਇਆ ਇਹਨਾਂ ਦਾ ਮਾਫ਼ ਹੋਣਾ ਚਾਹੀਦਾ ਵਾ। ਔਰ ਜਿਹੜਾ ਕੈਪਟਨ ਅਮਰਿੰਦਰ ਸਿੰਘ ਨੇ ਇਹ ਜਿਹੜਾ ਡੈਟ ਵੇਵਰ ਸ਼ੁਰੂ ਕੀਤਾ, ਇਹ ਮੈਂ ਸਮਝਦਾ ਮੁਕੰਮਲ ਫਲੋਪ ਆ। ਲੋਕਾਂ ਦੇ ਵਿਚ ਯਕੀਨ ਹੀ ਉੱਡ ਗਿਆ ਵਾ। ਪਹਿਲਾਂ ਉਨ੍ਹਾਂ ਨੂੰ ਉਮੀਦ ਸੀ ਕਿ ਅਮਰਿੰਦਰ ਸਿੰਘ ਸਾਡੇ ਕਰਜ਼ੇ ਮਾਫ਼ ਕਰੇਗੇ ਆਣ ਕੇ, ਲੇਕਿਨ ਜਿਸ ਢੰਗ ਦੇ ਨਾਲ ਅਮਰਿੰਦਰ ਸਿੰਘ ਨੇ ਸ਼ਰਤਾਂ ਲਾਤੀਆਂ ਤੇ ਹੁਣ 25-30 ਹਜ਼ਾਰ ਰੁਪਇਆ ਸੁਸਾਇਟੀਆਂ ਦਾ ਕਰਜ਼ਾ ਮਾਫ਼ ਕਰਕੇ, ਅਗਰ ਉਹ ਸਮਝਦੇ ਕਿਸਾਨਾਂ ਦਾ ਕਰਜ਼ਾ ਮਾਫ਼ ਹੈ ਤੇ ਮੈਂ ਉਨ੍ਹਾਂ ਦੀਆਂ ਮੁਸ਼ਕਲਾਤਾਂ ਦੂਰ ਕਰਦੀਆਂ, ਤੇ ਫਿਰ ਪੰਜਾਬ ਵਿਚ ਆਤਮ ਹੱਤਿਆ ਨਹੀਂ ਸੀ ਹੋਣੀ ਚਾਹੀਦੀ। ਇਸ ਲਈ ਇਹ ਸਾਰੀ ਕੁੱਲ ਮਿਲਾ ਕੇ ਕਿਸਾਨੀ ਦੇ ਨਾਲ ਬਹੁਤ ਭਾਰੀ ਡਿਸਕ੍ਰਿਮੀਨੇਸ਼ਨ, ਬਹੁਤ ਭਾਰੀ ਵਿਤਕਰਾ, ਬਹੁਤ ਭਾਰੀ ਐਕਸਪਲੋਇਟੇਸ਼ਨ ਸਾਰੇ ਦੇਸ਼ ਵਿਚ, ਇਹ ਇਮੀਡੀਏਟਲੀ ਰੁਕਣੀ ਚਾਹੀਦੀ, ਕਿਉਂਕਿ ਜਿੱਦਣ ਕਿਸਾਨ ਤੇ ਖੇਤ ਮਜ਼ਦੂਰ ਇਕੱਠਾ ਖੜਾ ਹੋ ਗਿਆ ਉਦਣ ਇੱਥੇ ਇਸ ਦੇਸ਼ ਵਿਚ ਕੁਛ ਵੀ ਚੱਲਣ ਯੋਗ ਨਹੀਂ ਰਹੂਗਾ। ਤਾਂ ਇਹਨਾਂ ਦੀ ਭਲਮਾਨਸੀ ਆ ਕਿ ਹਲੇ ਇਹ ਇਸ ਲੈਵਲ ਤੱਕ ਪ੍ਰੋਟੈਸ ਕਰ ਰਹੇ। ਖੇਰਾ ਸਾਹਿਬ, ਪੰਜਾਬ ਦੇ ਵਿਚ ਕਾਨੂੰਨ ਵਿਵਸਥਾ ਦੀ ਗੱਲ ਕੀਤੀ ਜਾ ਰਹੀ ਹੈ, ਸਰਕਾਰ ਜਿੱਦਾਂ ਹੁਣ ਅੰਮ੍ਰਿਤਸਰ ਦੇ ਗੁਰਦੀਪ ਪਹਿਲਵਾਨ ਤੇ ਹਮਲਾ ਹੋਇਆ, ਉਹਨਾਂ ਦੀ ਹੱਤਿਆ ਕਰ ਦਿੱਤੀ, ਕੀ ਕਹਿਣਾ ਚਾਹੁੰਦੇ? ਨਹੀਂ ਦੇਖੋ, ਕਾਨੂੰਨ ਲਾਅ ਐਂਡ ਆਰਡਰ ਪੰਜਾਬ ਵਿਚ ਸਿਲੈਕਟਿਵ ਇੰਪਲੀਮੈਂਟੇਸ਼ਨ ਆ। ਜਿੱਥੇ ਅਮਰਿੰਦਰ ਸਿੰਘ ਨੂੰ ਲੱਗਦਾ ਕਿ ਮੇਰੇ ਆਦਮੀਆਂ ਨੂੰ ਮਾਰ ਪੈ ਰਹੀ ਆ, ਸਾਡੇ ਬੰਦਿਆਂ ਦੇ ਕਤਲ ਹੋ ਰਹੇ ਨੇ, ਉੱਥੇ ਇਮੀਡੀਏਟਲੀ FIR ਵੀ ਹੋ ਜਾਂਦੀ, ਅਰੈਸਟ ਵੀ ਹੋ ਜਾਂਦੀ ਆ। ਲੇਕਿਨ ਜਦੋਂ ਕਿਤੇ ਕਿਸੇ ਵਿਰੋਧੀਆਂ ਦੀ ਗੱਲ ਆ ਜਾਂਦੀ ਆ ਤਾਂ ਉੱਥੇ ਬਿਲਕੁਲ ਪੁਲਿਸ ਇਨਐਕਟਿਵ ਹੋ ਜਾਂਦੀ। ਤੁਸੀਂ ਫਿਰੋਜ਼ਪੁਰ ਦੇਖਿਆ, ਮੈਂ ਪਿੱਛੇ 14 ਮਈ ਨੂੰ ਗਿਆ ਸੀ, ਮੈਨੂੰ ਜਦੋਂ ਕਾਂਗਰਸ ਦੇ ਬਦਮਾਸ਼ਾਂ ਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਉੱਥੇ ਪੁਲਿਸ ਵਾਲਿਆਂ ਨੇ ਮੈਨੂੰ ਬਚਾਇਆ ਔਰ ਪੁਲਿਸ ਵਾਲਿਆਂ ਨੂੰ ਉਹਨਾਂ ਨੇ ਕੁੱਟਿਆ, ਵਰਦੀਆਂ ਪਾੜੀਆਂ, ਨੋ ਐਕਸ਼ਨ ਅਗੇਂਸਟ। ਸੋ ਦੇਅਰਫੋਰ ਜਦੋਂ ਤੁਸੀਂ ਪੁਲਿਸ ਦੇ ਹੱਥ ਬੰਨੋਗੇ, ਉਹਦਾ ਸਿਆਸੀਕਰਨ ਕਰੋਗੇ, ਤੇ ਉਹਦਾ ਨਤੀਜਾ ਇਹੀ ਨਿਕਲੇਗਾ। ਲਾਅ ਐਂਡ ਆਰਡਰ ਜਦ ਤੱਕ ਸੇਫ ਨਹੀਂ ਕਿਸੇ ਸੂਬੇ ਦਾ, ਜੇ ਆਪਣੀ ਜਾਨ ਮਾਲ ਹੀ ਨਹੀਂ ਮਹਿਫੂਜ਼, ਤੇ ਇੱਥੇ ਜਿਹੜੇ ਕਹਿੰਦੇ ਅਸੀਂ ਇਨਵੈਸਟਮੈਂਟ ਲੈ ਕੇ ਆਵਾਂਗੇ, ਕਿਸੇ ਨੇ ਨਹੀਂ ਆਉਣਾ। ਇਸ ਲਈ ਲਾਅ ਐਂਡ ਆਰਡਰ ਸ਼ੁੱਡ ਬੀ ਸੇਮ ਫੋਰ ਵਨ ਐਂਡ ਆਲ। ਮੈਂ ਜਿਹੜਾ ਕਾਂਗਰਸ ਦਾ ਕੌਂਸਲਰ ਮਰਿਆ, ਉਹਨਾਂ ਦੇ ਪਰਿਵਾਰ ਨਾਲ ਸਾਡੀ ਹਮਦਰਦੀ ਆ,
ਲੇਕਿਨ ਜਿਹੜਾ ਲਾਅ ਐਂਡ ਆਰਡਰ ਹੈਗਾ ਇਹ ਸਭ ਲਈ ਇੱਕ ਤਰ੍ਹਾਂ ਲਾਗੂ ਹੋਣਾ ਚਾਹੀਦਾ। ਅੱਜ ਵੈਸੇ ਪੰਜਾਬ ਦੇ ਵਿੱਚ ਅਸੀਂ ਕਦੀ ਸੁਣਿਆ ਨਹੀਂ ਸੀ ਕਿ ਗੈਂਗ ਅਤੇ ਗੈਂਗ ਵਾਰਸ ਅਤੇ ਗੈਂਗਸਟਰਸ ਇਹ ਪਿਛਲੇ ਚੰਦ ਸਾਲਾਂ ਵਿੱਚ ਜਿਹੜੀ ਪੈਦਾਵਾਰ ਹੈਗੀ ਹੈ ਇਹ ਪੰਜਾਬ ਦੇ ਬਹੁਤ ਨੁਕਸਾਨਦੇਹੀ ਹੈ ਅਤੇ ਲਾਅ ਐਂਡ ਆਰਡਰ ਸਟ੍ਰਿਕਟਲੀ ਮੇਨਟੇਨ ਹੋਣਾ ਚਾਹੀਦਾ। ਖੈਰ ਸਾਹਿਬ, ਜਿਹੜੇ ਐਸ ਟੀ ਐਫ ਦਾ ਤਬਾਦਲਾ ਕੀਤਾ ਗਿਆ ਚਟੋਪਾਧਿਆਇ ਦਾ, ਤੁਸੀਂ ਉਹਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ? ਦੇਖੋ, ਮੈਂ ਸਮਝਦਾ ਵਾਂ ਕਿ ਹਰ ਇਸ ਤਰ੍ਹਾਂ ਦੀ ਟਰਾਂਸਫਰ ਦੇ ਪਿੱਛੇ ਕੋਈ ਨਾ ਕੋਈ ਸਰਕਾਰ ਦੀ ਚਾਲ ਹੁੰਦੀ ਹੈ, ਸਿਰਫ ਇਸ ਕਰਕੇ ਕਿਉਂਕਿ ਸਿਧਾਰਥ ਚਟੋਪਾਧਿਆ ਇੱਕ ਅੱਛਾ ਵਿਸਲ ਬਲੋਅਰ ਅਫਸਰ ਹੈ ਜਿਸ ਨੇ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਜਾ ਕੇ ਜਿਹੜਾ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਕਨੈਕਸ਼ਨ ਸੀਗੇ ਡਰੱਗ ਮਾਫੀਆ ਨਾਲ, ਜਿਹੜਾ ਉਹ ਇੰਸਪੈਕਟਰ ਫੜਿਆ ਗਿਆ ਸੀ ਇੰਦਰਜੀਤ ਕਾਂਡ, ਉਹਦੇ ਇੱਕ ਐਸ ਐਸ ਪੀ ਦੇ ਨਾਲ ਲਿੰਕਸ ਪਾਏ ਗਏ ਨੇ, ਉਸ ਐਸ ਐਸ ਪੀ ਤੋਂ ਅੱਗੇ ਕੜੀ ਜਾਂਦੀ ਜਾਂਦੀ ਮੌਜੂਦਾ ਡੀ ਜੀ ਪੀ ਦੇ ਉੱਤੇ ਆਏ ਨੇ, ਅਤੇ ਉਹਨਾਂ ਦੇ ਉਸ ਜਿਹੜੀ ਫਾਈਂਡਿੰਗਸ ਹੈ ਜਿਹੜੀ ਰਿਪੋਰਟ ਹੈ ਐਸ ਆਈ ਟੀ ਉਹਦੇ 'ਤੇ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ। ਮੈਂ ਇਹੀ ਸਮਝਦਾ ਕਿ ਗੌਰਮੈਂਟ ਕੋਲ ਇਹੀ ਚੀਜ਼ਾਂ ਹੁੰਦੀਆਂ ਕਿ ਕਿਸੇ ਨੂੰ ਪੋਸਟਿੰਗ ਮਾੜੇ ਥਾਂ ਦੇ ਦਿੱਤੀ, ਕਿਸੇ ਨੂੰ ਚੰਗੇ ਥਾਂ ਦੇ ਦਿੱਤੀ, ਇਹਦੇ ਨਾਲ ਹੀ ਅਫਸਰਾਂ ਦਾ ਦੁਰਉਪਯੋਗ ਕਰ ਰਹੇ ਨੇ। ਜਿੱਥੋਂ ਤੱਕ ਚਟੋਪਾਧਿਆ ਦਾ ਆਈ ਪਰਸਨਲੀ ਫੀਲ ਇਜ਼ ਅ ਗੁੱਡ ਆਪਸ਼ਨ। ਸਰ, ਤੁਹਾਨੂੰ ਕੀ ਲੱਗਦਾ ਵੀ ਕਾਂਗਰਸ ਸਰਕਾਰ ਪੰਜਾਬ ਦੇ ਵਿੱਚ ਫੇਲ ਹੈ? ਦੇਖੋ, ਜੇ ਤਾਂ ਤੁਸੀਂ ਜ਼ਮੀਨੀ ਚੋਣਾਂ ਨੂੰ ਦੇਖਣਾ ਨਤੀਜਾ, ਫਿਰ ਤਾਂ ਉਹ ਇੰਨੀ ਕੁ ਪਾਸ ਆ ਕਿ ਸ਼ਾਇਦ ਕਿਤੇ ਦੁਨੀਆਂ ਵਿੱਚ ਇੰਨੀ ਇਹੋ ਜਿਹੀ ਕਾਮਯਾਬ ਸਰਕਾਰ ਨਹੀਂ। ਪਰ ਜੇ ਆਪਾਂ ਜ਼ਮੀਨ ਤੇ ਤੱਥ ਦੇਖੀਏ, ਸਰਕਾਰ ਦੀ ਪਰਫਾਰਮੈਂਸ ਦੇਖੀਏ, ਉਹ ਕਰਜ਼ਾ ਮਾਫੀ ਨੂੰ ਲੈ ਕੇ ਫੇਲ ਹੋਈ ਹੈ, ਆਤਮ ਹੱਤਿਆ ਚੱਲ ਰਹੀਆਂ, ਉਹ ਰੁਜ਼ਗਾਰ ਦੇਣ ਵਿੱਚ ਫੇਲ ਹੋਈ ਹੈ, ਸਾਰੀਆਂ ਅਸਾਮੀਆਂ ਸਰਕਾਰ ਦੀਆਂ, ਪਟਵਾਰੀਆਂ ਦੀਆਂ, ਟੀਚਰਾਂ ਦੀਆਂ, ਡਾਕਟਰਾਂ ਦੀਆਂ, ਲੱਖਾਂ ਹਜ਼ਾਰਾਂ ਨਹੀਂ ਕਹਿ ਰਿਹਾ, ਲੱਖਾਂ ਅਸਾਮੀਆਂ ਖਾਲੀ ਪਈਆਂ, ਉਹ ਭਰਦੀ ਨਹੀਂ ਸਰਕਾਰ। ਕਰਪਸ਼ਨ ਮੇਰਾ ਖਿਆਲ ਹੈ ਰਿਕਾਰਡ ਟੁੱਟ ਗਿਆ। ਪਹਿਲਾਂ ਕਿਸੇ ਵੇਲੇ ਡਰਦੇ ਸੀ ਮੁਲਾਜ਼ਮ ਕਿ ਕਰਪਸ਼ਨ ਅੰਡਰ ਦਾ ਟੇਬਲ ਹੈ, ਹੁਣ ਸਾਹਮਣੇ ਬਹਿ ਕੇ ਸੌਦੇ ਹੁੰਦੇ ਨੇ ਦਫ਼ਤਰਾਂ ਦੇ ਵਿੱਚ, ਮਾਫੀਆ ਹਰ ਕਿਸਮ ਦਾ ਪਨਪ ਗਿਆ। ਦਸਾਂ ਸਾਲਾਂ ਦੇ ਅਕਾਲੀਆਂ ਦੇ ਰਿਕਾਰਡ ਅਮਰਿੰਦਰ ਸਿੰਘ ਦੀ 14 ਮਹੀਨਿਆਂ 'ਚ ਤੋੜਦੇ ਨੇ। ਅਗਰ ਤੁਹਾਨੂੰ ਲੱਗਦਾ ਵਾ ਕਿ ਅਮਰਿੰਦਰ ਸਿੰਘ ਨੇ ਕਿਤੇ ਬਿਹਤਰ ਪਰਫਾਰਮੈਂਸ ਕੀਤੀ ਆ, ਯੂ ਆਰ ਬੈਟਰ ਜੱਜਸ, ਬਟ ਐਜ਼ ਫਾਰ ਐਜ਼ ਆਈ ਐਮ ਕੰਸਰਨਡ, ਮੇਰਾ ਨਹੀਂ ਖਿਆਲ ਕਿ ਅਮਰਿੰਦਰ ਸਿੰਘ ਕਿਸੇ ਵੀ ਫੀਲਡ ਵਿੱਚ ਕਿਸੇ ਸਫੇਅਰ ਵਿੱਚ ਕਾਮਯਾਬ ਹੋ ਗਏ ਨੇ। ਅਮਰਿੰਦਰ ਸਿੰਘ 2002 ਤੋਂ 7 ਵਾਲਾ ਇੱਕ ਅਲਹਿਦਾ ਅਮਰਿੰਦਰ ਸਿੰਘ ਆ, ਹੁਣ ਉਹ ਥੱਕੇ ਹਾਰੇ ਹੋਏ ਮਾਯੂਸ ਤੇ ਇੱਕ ਜਿਹਨੂੰ ਕਹਿੰਦੇ ਆ ਕਿ ਟਾਇਰਡ ਲੀਡਰ। ਨਹੀਂ, ਇਹਨਾਂ ਦੇ ਨਾਲ ਨਹੀਂ ਕੋਈ ਜਾਣਾ ਚਾਹੁੰਦਾ। ਦੇਖੋ, ਗੱਲ ਇਹ ਆ ਕਿ ਇੱਕ ਨੈਸ਼ਨਲ ਪੋਲੀਟੀਕਲ ਸੀਨ ਹੈ, ਜਿੱਥੇ ਨੈਸ਼ਨਲ ਪੋਲੀਟੀਕਲ ਲੈਵਲ ਦੇ ਉੱਤੇ ਆਪਾਂ ਦੇਖੀਏ ਤਾਂ ਬਹੁਤ ਜ਼ਿਆਦਾ ਧਰਮ ਦੀ ਆੜ ਵਿੱਚ ਲੋਕਾਂ ਨੂੰ ਵੰਡਿਆ ਜਾ ਰਿਹਾ, ਕਿਸ ਨੇ ਕੀ ਖਾਣਾ, ਕੀ ਪਹਿਨਣਾ, ਕਿੱਥੇ ਨਮਾਜ਼ ਪੜ੍ਹਨੀ, ਬਹੁਤ ਜ਼ਿਆਦਾ ਰੁਕਾਵਟਾਂ ਅਤੇ ਭੈ ਭੀਤ ਮਾਹੌਲ ਹੈ। ਉਸ ਮਾਹੌਲ ਦੇ ਖਿਲਾਫ ਇੱਕ ਲਾਈਕ ਮਾਈਂਡਡ ਦੇਸ਼ ਵਿਆਪਕ ਪਾਰਟੀਆਂ ਇਕੱਠੀਆਂ ਹੋ ਰਹੀਆਂ, ਚਾਹੇ ਉਹ ਟੀ ਐਮ ਸੀ ਆ, ਚਾਹੇ ਉਹ ਕਮਿਊਨਿਸਟ ਨੇ, ਚਾਹੇ ਉਹ ਟੀ ਡੀ ਪੀ ਹੈ, ਚਾਹੇ ਉਹ ਸਪਾ ਹੈ, ਚਾਹੇ ਉਹ ਬਸਪਾ ਹੈ, ਅਨੇਕਾਂ ਪਾਰਟੀਆਂ। ਉਹਦੇ ਵਿੱਚ ਅਗਰ ਆਮ ਆਦਮੀ ਪਾਰਟੀ ਉਸ ਅਲਾਇੰਸ ਦਾ ਹਿੱਸਾ ਬਣਦੀ ਹੈ, ਇਟ ਇਜ਼ ਨੋਟ ਦੈਟ ਵੀ ਆਰ ਜੁਆਇਨਿੰਗ ਕਾਂਗਰਸ, ਅਗਰ ਉਸ ਵੱਡੇ ਅਲਾਇੰਸ ਦਾ, ਗ੍ਰੈਂਡ ਅਲਾਇੰਸ ਦਾ ਹਿੱਸਾ ਬਣਦੀ ਹੈ, ਦੈਨ ਇਟ ਇਜ਼ ਥਿੰਕੇਬਲ। ਹਲੇ ਕੋਈ ਇੱਦਾਂ ਦੀ ਨੌਬਤ ਨਹੀਂ ਆਈ, ਜਦੋਂ ਆਊਗੀ ਅਸੀਂ ਦੇਖਾਂਗੇ ਔਰ ਆਪਣੀ ਪਾਰਟੀ ਦੇ ਵਿੱਚ ਸਲਾਹ ਕਰਾਂਗੇ ਸਾਰੇ MLAs ਦੇ ਨਾਲ। ਅੱਜ ਆਮ ਆਦਮੀ ਪਾਰਟੀ ਦੇ ਨੇਤਾ ਸਰਦਾਰ ਸੁਖਪਾਲ ਸਿੰਘ ਜੀ ਖਹਿਰਾ, ਵਿਰੋਧੀ ਧਿਰ ਦੇ ਲੀਡਰ, ਸਰਹੰਦ ਵਿਖੇ ਅਨਾਜ ਮੰਡੀ ਆਏ ਸੀ ਅਤੇ ਉਹਨਾਂ ਨੇ ਜਿਹੜੀਆਂ ਸਾਡੀਆਂ ਕਿਸਾਨ ਯੂਨੀਅਨਾਂ ਨੇ ਉਹਨਾਂ ਨੂੰ ਪੂਰਨ ਸਮਰਥਨ ਦਾ ਵਿਸ਼ਵਾਸ ਲਾਇਆ। ਅਸੀਂ ਉਹਨਾਂ ਨਾਲ ਹਾਂ ਆਮ ਆਦਮੀ ਪਾਰਟੀ, ਅਤੇ ਜਿਵੇਂ ਉਹ ਕਹਿ ਕੇ ਗਏ ਨੇ 70 ਸਾਲ ਦੇ ਵਿੱਚ ਜਿਹੜਾ ਕਿਸਾਨ ਨਾਲ ਕਦੇ ਇਨਸਾਫ ਨਹੀਂ ਹੋਇਆ, ਅੱਜ ਲੋੜ ਹੈ ਕਿਸਾਨ ਨੂੰ, ਉਹ ਕਿਸਾਨ ਜਿਹਨੇ ਸਾਰੇ ਦੇਸ਼ ਦਾ ਢਿੱਡ ਭਰਿਆ, ਪੰਜਾਬ ਨੂੰ, ਪੰਜਾਬ ਨੇ ਸਾਰੇ ਸੈਂਟਰ ਦੇ ਵਿੱਚ 55% ਜੀਰੀ, 45% ਕਣਕ ਦੇ ਕੇ ਆਤਮ ਨਿਰਭਰ ਬਣਾਇਆ। ਅੱਜ ਲੋੜ ਹੈ ਉਹ ਕਿਸਾਨ ਨੂੰ ਬਚਾਉਣ ਦੀ, ਅੱਜ ਲੋੜ ਹੈ ਕਿਸਾਨ ਦਾ ਜਿਹੜਾ ਦਰਦ ਹੈ ਉਹਨੂੰ ਆ ਕੇ ਅਸੀਂ ਵੰਡਾਈਏ। ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਜਿੰਦਰ ਸਿੰਘ ਭੱਟ ਦੀ ਰਿਪੋਰਟ।